Sat Sri Akal and welcome back to Suktasa. Apa horni kal kare si vi jehdi need hegi a oh vi ki importance hegi saadi health vich te apa break to pehla assi kai apa health factors bare gal kita hega vi je tonu need di ghat hegi a ja tonu need di ja sleep conditions tonu bas tusi suffer karde a insomnia tonu need enough nahi mildi tonu restful sleep nahi mildi hegi te tode hi ki health te ki effects hunde a So overall, ਆਪਾਂ statistics ਵੱਲ ਜਦੋਂ ਆਪਾਂ ਦੇਖਦੇ ਹੈਗੇ ਹਾਂ health studies ਵੱਲ ਦੇਖਦੇ ਹੈਗੇ ਹਾਂ ਜਿਹਨਾਂ ਨੂੰ ਜੇ ਤੁਹਾਨੂੰ lack of sleep ਹੁੰਦੀ ਹੈ ਜਿਹੜਾ ਤੁਹਾਡਾ mortality risk ਹੈਗੀ ਹੈ ਉਹ smoking ਨਾਲੋਂ ਵੀ ਵੱਧ ਹੈਗੀ ਹੈ right so not sleeping is worse than smoking yeah I think ਇੱਥੇ mortality rate ਨੂੰ ਵੀ explain ਕਰ ਦੇਣਾ ਚਾਹੀਦਾ because ਸਾਡੇ ਬਹੁਤ ਸਾਰੇ viewers ਜਿਹੜੇ ਨੇ ਉਹਨਾਂ ਨੂੰ obviously terminology ਦੀ ਸਮਝ ਨਹੀਂ ਹੈ ਕਹਿਣ ਤੋਂ ਭਾਵ ਹੈ ਵੀ ਜਿਹੜਾ ਬੰਦਾ smoke ਕਰਦਾ ਹੈ ਉਸਦੇ ਫੇਟਲ ਹੋਣ ਦੇ ਜਾਂ ਉਹਦੀ ਡੈਥ ਹੋਣ ਦੇ ਚਾਂਸਿਸ ਘੱਟ ਨੇ ਕੰਪੇਅਰ ਟੂ ਉਹ ਬੰਦਾ ਜਿਹੜਾ ਚੰਗੀ ਤਰ੍ਹਾਂ ਨੀਂਦ ਨਹੀਂ ਲੈਂਦਾ ਆਪਾਂ ਕਦੀ ਚੀਜ਼ ਸੋਚੀ ਨਹੀਂ ਹੈ ਬਟ ਯੈਸ ਇਟ ਇਜ਼ ਰਾਈਟ ਕਿ ਜੇ ਆ ਕੋਈ ਸਮੋਕ ਕਰਦਾ ਜਾਂ ਸ਼ਰਾਬ ਪੀਂਦਾ ਹੈਗਾ ਤਾਂ ਉਸ ਤੋਂ ਵੀ ਘਿਨਾਉਣਾ ਰੋਗ ਹੈਗਾ ਰਾਤ ਨੂੰ ਪ੍ਰੋਪਰ ਨਾ ਸੌਣਾ ਕਿਉਂਕਿ ਸਾਡੇ ਸਰੀਰ ਦੇ ਰਿਪੇਅਰ ਮੈਕਨਿਜ਼ਮ ਨੂੰ ਡਿਫੈਂਸ ਮੈਕਨਿਜ਼ਮ ਨੂੰ ਇਮਿਊਨ ਸਿਸਟਮ ਨੂੰ ਜਿੰਨੇ ਸਾਡੀ ਸਰੀਰ ਜਿੱਦਾਂ ਦਿਨੇ ਸਾਡੀ ਗੱਡੀ ਚੱਲਦੀ ਆ ਅਤੇ ਰਾਤ ਨੂੰ ਗੱਡੀ ਨੂੰ ਆਪਾਂ ਰੈਸਟ ਦਿੰਦੇ ਹਾਂ ਅਤੇ ਉਸ ਵੇਲੇ ਉਹ ਟੁੱਟ ਭੱਜ ਨਹੀਂ ਹੋ ਰਹੀ ਸੋ ਜੇ ਉਹ ਦਿਨੇ ਵੀ ਚੱਲ ਰਹੀ ਹੈ ਅਤੇ ਰਾਤ ਨੂੰ ਵੀ ਚੱਲ ਰਹੀ ਹੈ ਤਾਂ ਉਸਦੀ ਟੁੱਟ ਭੱਜ ਕੰਟੀਨਿਊ ਚੱਲ ਰਹੀ ਉਹਦੀ ਰਿਪੇਅਰ ਨਹੀਂ ਹੋ ਰਹੀ ਹੈਗੀ ਐਂਡ ਦੈਟਸ ਵਟ ਲੀਡ ਟੂ ਹੈਲਥ ਇਸ਼ੂਜ਼ ਦੈਟ ਉਹਦੇ ਨਾਲ ਹੀ ਰੋਗ ਉਤਪੰਨ ਹੁੰਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਰੋਗ ਜਿਵੇਂ ਅਸੀਂ ਹਾਰਟ ਹੈਲਥ ਦੀ ਗੱਲ ਕੀਤੀ ਅਸੀਂ ਵਜ਼ਨ ਵਧਣ ਦੀ ਗੱਲ ਕੀਤੀ ਅਸੀਂ ਡਾਇਬਿਟੀਜ਼ ਦੀ ਗੱਲ ਕੀਤੀ ਐਂਡ ਤੁਹਾਡੇ ਹੋਰ ਸਲੀਪ ਐਪਨੀਆ ਵਰਗੇ ਹੈਲਥ ਇਸ਼ੂਜ਼ ਦੀ ਗੱਲ ਕੀਤੀ ਮੈਂਟਲ ਹੈਲਥ ਇਸ਼ੂਜ਼ ਦੇ ਆਰ ਵੈਰੀ ਇੰਪੋਰਟੈਂਟ ਰਾਤ ਨੂੰ ਜਿਹੜੇ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ ਫੋਰ ਐਗਜ਼ਾਮਪਲ ਮੈਂ ਇਫ ਆਈ ਐਮ ਨੋਟ ਵੈਲ ਰੈਸਟਡ ਸਵੇਰੇ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਮੈਨੂੰ ਜੇ ਬੱਚਿਆਂ ਨੇ ਆਵਾਜ਼ ਮਾਰ ਲਈ ਘਰਦਿਆਂ ਨੇ ਆਵਾਜ਼ ਮਾਰ ਲਈ ਆਮ ਇਰੀਟੇਬਲ ਆਮ ਐਂਗਰੀ ਮੈਨੂੰ ਖਿੱਚ ਚੜੂਗੀ ਮੈਨੂੰ ਕਿਸੇ ਦੀ ਆਵਾਜ਼ ਨਹੀਂ ਚੰਗੀ ਲੱਗੂਗੀ ਫਿਰ ਟੀ ਵੀ ਦੀ ਆਵਾਜ਼ ਅੱਛੀ ਨਹੀਂ ਲੱਗੇਗੀ ਕੋਈ ਉੱਚੀ ਬੋਲੇਗਾ ਉਹ ਨਹੀਂ ਚੰਗਾ ਲੱਗੇਗਾ ਲਾਈਟ ਨਹੀਂ ਚੰਗੀ ਲੱਗੇਗੀ ਫਿਰ ਸਿਰ ਪੀੜ ਹੋਏਗੀ ਸੋ ਇਹ ਚੇਨ ਆਫ ਰਿਐਕਸ਼ਨਸ ਹੈ ਜਿਹੜੇ ਸ਼ੁਰੂ ਹੋ ਜਾਂਦੇ ਹੈਗੇ ਨੇ ਸੋ ਈਵਨ ਤੁਹਾਡੇ ਮੂਡ 'ਤੇ ਵੀ ਤੁਹਾਡੇ ਮੈਂਟਲ ਹੈਲਥ 'ਤੇ ਵੀ ਇਹ ਚੀਜ਼ ਜਿਹੜੀ ਆ ਉਹ ਇੰਪੈਕਟ ਕਰਦੀ ਹੈਗੀ ਆ So, what else other than the mental health that we see, ke, you know, get into effect if right. we don't sleep well? Well, even continuing from mental yeah. health, jehdi saadi coping strategy ya sahan shakti hai oh kat jandi hai, right? Yeah. So, jehdi saadi day-to-day stresses ya, oh hor vi amplify da de. Jidhan apna pain bare gal kita hai ga, vi pain hor vi amplify hundi. Same with mental stress, because saada jehda central nervous system, jehda saada brain hai ga, oh extra sensitive hunda hai when we don't get enough sleep. So, is ka ke vi jehdi mental health conditions, anxiety, stress ਵੱਧਦੀਆਂ ਹੈਗੀਆਂ ਐਂਡ ਉਹਦੇ ਕਰਕੇ ਵੀ ਫਿਰ ਕਈ ਪੇਸ਼ੈਂਟਸ ਆਉਂਦੇ ਆ ਵੀ ਕਿਉਂਕਿ ਮੈਨੂੰ ਐਂਗਜ਼ਾਇਟੀ ਆ ਮੈਨੂੰ ਨੀਂਦ ਨਹੀਂ ਆਉਂਦੀ ਰਾਈਟ ਸੋ ਇਹ ਇੱਕ ਐਂਡਲੈਸ ਸਾਈਕਲ ਫਿਰ ਬਣ ਜਾਂਦਾ ਸੋ ਇੱਕ ਰੋਗ ਜਿਹੜਾ ਉਹ ਦੂਸਰੇ ਨੂੰ ਸਟਿਮੂਲੇਟ ਕਰਦਾ ਹੀ ਕਰਦਾ ਹੁਣ ਆਪਾਂ ਜੇ ਫੀਮੇਲ 'ਚ ਆ ਜਾਈਏ ਫੀਮੇਲ ਦੇ ਅੰਦਰ ਵੀ ਦੇਰ ਆਰ ਸਰਟਨ ਟਾਈਮ ਇਨ ਦੇਅਰ ਮੰਥ ਜਦੋਂ ਮੈਂਸਟਰਲ ਸਾਈਕਲ ਹੈਗਾ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਇੱਕ ਵੀ ਪੀ ਐੱਮ ਐੱਸ ਸਿੰਪਟਮਸ ਦੇ ਅੰਦਰ ਵੀ ਇਹ ਕੰਡੀਸ਼ਨ ਹੁੰਦੀ ਹੈ ਜਦੋਂ ਹਾਰਮੋਨ ਫਲਕਚੁਏਟ ਹੁੰਦੇ ਹੈਗੇ ਆ ਉਦੋਂ ਵੀ ਕਈ ਫੀਮੇਲਸ ਕਹਿੰਦੀਆਂ ਵੀ ਪੀਰੀਅਡਸ ਤੋਂ ਦੋ ਤਿੰਨ ਦਿਨ ਪਹਿਲਾਂ ਤਾਂ ਮੇਰੀ ਨੀਂਦ ਉੱਡ ਜਾਂਦੀ ਹੈ ਮੈਨੂੰ ਸਿਰ ਪੀੜ ਹੁੰਦੀ ਹੈ ਦੋਜ਼ ਆਰ ਥਿੰਗਸ ਆਲਸੋ ਜਿਹੜੇ ਕਿ ਤੁਹਾਡੇ ਫਿਜ਼ੀਕਲ ਹੈਲਥ ਜਾਂ ਫਿਰ ਤੁਹਾਡੀ ਮੈਂਟਲ ਹੈਲਥ ਨੂੰ ਇਫੈਕਟ ਕਰਦੇ ਹੈਗੇ ਨੇ ਸੇਮ ਵੇ ਉਹ ਫੀਮੇਲ ਜਿਹੜੀਆਂ ਕਿ ਮੈਨੋਪਾਜ਼ ਦੇ ਥਰੂ ਜਾ ਰਹੀਆਂ ਹੈਗੀਆਂ ਉਹਨਾਂ ਦੇ ਅੰਦਰ ਹਾਰਮੋਨਸ ਦੀ ਕਮੀ ਹੋ ਰਹੀ ਹੈਗੀ ਐਸਟ੍ਰੋਜਨ ਲੈਵਲ ਘੱਟ ਰਿਹਾ ਹੈਗਾ ਬਾਡੀ ਓਵਰੀ ਸ਼ਟ ਡਾਊਨ ਹੋ ਰਹੀਆਂ ਹੈਗੀਆਂ ਤਾਂ ਉਹ ਜਿਹੜਾ ਚੇਂਜ ਹੋ ਰਿਹਾ ਹੈ ਬਾਡੀ ਦੇ ਅੰਦਰ ਉਸ ਦੇ ਨਾਲ ਵੀ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਰਾਤ ਨੂੰ ਹਾਰਟ ਫਲੈਸ਼ਸ ਹੁੰਦੀਆਂ ਹੈਗੀਆਂ ਤਰੇਲੀਆਂ ਆਉਂਦੀਆਂ ਗਰਮੀ ਆਉਂਦੀ ਹੈਗੀ ਹੈ ਔਰ ਉਹ ਹਾਰਟ ਜਿਹੜੀ ਗਰਮੀ ਆਉਂਦੀ ਹੈ ਹਾਰਟ ਫਲੈਸ਼ ਹੁੰਦੀ ਹੈ ਉਠਾ ਕੇ ਉਹਨੂੰ ਬਿਠਾ ਦਿੰਦੀ ਹੈ ਕਿ ਪੂਰਾ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਹੈਗਾ ਜਾਂ ਫਿਰ ਇੰਨੀ ਗਰਮੀ ਲੱਗਦੀ ਹੈ ਕਿ ਮਨ ਕਰਦਾ ਸਭ ਕੁਝ ਖੋਲ੍ਹ ਕੇ ਮੈਂ ਬਾਹਰ ਓਪਨ ਏਅਰ 'ਚ ਚਲੀ ਜਾਵਾਂ ਚਾਹੇ ਬਾਹਰ -50 ਹੈਗਾ ਅੰਦਰ ਦੀ ਹੀਟ ਮੈਨੂੰ ਤੰਗ ਕਰਦੀ ਹੈਗੀ ਹੈ ਸੋ ਫਿਰ ਓਬਵੀਅਸਲੀ ਪੇਸ਼ੈਂਟ ਰੈਸਟ ਕਿਵੇਂ ਕਰ ਸਕਦਾ ਬਹੁਤ ਵਾਰੀ ਪੇਸ਼ੈਂਟ ਇਹ ਵੀ ਦੱਸਦੇ ਨੇ ਕਿ ਰਾਤ ਨੂੰ ਪੱਖਾ ਲਾ ਕੇ ਵੀ ਸੌਣਾ ਪੈਂਦਾ ਈਵਨ ਇਨ ਵਿੰਟਰ ਫਿਰ ਵੀ ਜਿਹੜੀ ਮੇਰੀ ਹੈ ਹਾਰਟ ਫਲੈਸ਼ ਹੈ ਉਹ ਕੰਟਰੋਲ 'ਚ ਨਹੀਂ ਰਹਿੰਦੀ ਹੈਗੀ ਸੋ ਇਹ ਸਾਰੀਆਂ ਕੰਡੀਸ਼ਨ ਜਿਹੜੀਆਂ ਸਾਡੀ ਸਲੀਪ ਨੂੰ ਇਫੈਕਟ ਕਰਦੀਆਂ ਅਤੇ ਜੇ ਸਲੀਪ ਚੰਗੀ ਨਹੀਂ ਮੇਰੇ ਅੰਦਰ ਮੈਂਟਲ ਐਂਗਜ਼ਾਇਟੀ ਵਰੀ ਟੈਂਸ਼ਨ ਹੈਗੀ ਹੈ ਜਿਸ ਨਾਲ ਮੇਰੀ ਨੀਂਦ ਉੱਡੀ ਹੋਈ ਹੈ ਤਾਂ ਉਸ ਨਾਲ ਸਾਰੇ ਰੋਗ ਵੀ ਐਗਰੇਵੇਟ ਹੋਣਗੇ ਜੇ ਕੋਈ ਫੀਮੇਲ ਮੈਨੋਪੌਜ਼ 'ਚ ਜਾ ਰਹੀ ਹੈ ਨਾਲ ਦੀ ਨਾਲ ਉਸਨੂੰ ਇਨਸੌਮਨੀਆ ਦੇ ਇਸ਼ੂਜ਼ ਹੈਗੇ ਨੇ ਉਸਨੂੰ ਰਾਤ ਦੀ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਕਾਫੀ ਪੁਰਾਣੀ ਉਸਦੀ ਇਹ ਹੈਲਥ ਇਸ਼ੂ ਹੈਗਾ ਤਾਂ ਫਿਰ ਉਸਦਾ ਮੈਨੋਪੌਜ਼ ਹੋਰ ਵੀ ਵਰਸ ਹੋ ਜਾਏਗਾ ਸੋ ਦੇ ਨੀਂਦ ਦੇ ਨਾਲ ਇਹ ਸਾਰੀਆਂ ਕੰਡੀਸ਼ਨਸ ਹੈਂਡ ਇਨ ਹੈਂਡ ਚੱਲਦੀਆਂ ਇਹ ਸਾਰੀਆਂ ਨੀਂਦ ਨੂੰ ਵੀ ਖਰਾਬ ਕਰਦੀਆਂ ਅਤੇ ਨੀਂਦ ਇਹਨਾਂ ਹੈਲਥ ਇਸ਼ੂਜ਼ ਨੂੰ ਵੀ ਖਰਾਬ ਕਰਦੀ ਹੈ ਵੀ ਸ਼ੁੱਡ ਨਾਟ ਫੋਰਗੈਟ ਐਜ਼ ਵੀ ਡਿਸਕਸ ਇਨ ਫੀਮੇਲ ਉਸੇ ਤਰ੍ਹਾਂ ਛੋਟੇ ਬੱਚਿਆਂ ਦੇ ਅੰਦਰ ਵੀ
ਸੈਪਰੇਸ਼ਨ ਐਂਗਜ਼ਾਇਟੀ ਜਿਨ੍ਹਾਂ ਨੂੰ ਜਿਵੇਂ ਕਿ ਸਵੇਰ ਨੂੰ ਮੰਮੀ ਸੁੱਤਾ ਪਿਆ ਛੱਡ ਜਾਂਦੀ ਹੈ ਘਰ, ਗ੍ਰੈਂਡ ਪੇਰੈਂਟਸ ਹੁੰਦੇ ਨੇ ਉਹ ਬੱਚੇ ਜਿਹੜੇ ਹਾਲੇ ਸਕੂਲਾਂ ਨੂੰ ਨਹੀਂ ਜਾਂਦੇ, ਮਾਂ ਸਵੇਰੇ 6 ਵਜੇ ਕੰਮ 'ਤੇ ਜਾਂਦੀ ਹੈ, ਬੱਚਾ ਸੁੱਤਾ ਹੁੰਦਾ, ਸਵੇਰੇ ਉੱਠਦਾ ਹੈ, ਰਾਤ ਨੂੰ ਸੌਂਦਾ ਹੈ ਤਾਂ ਮਾਂ ਹੁੰਦੀ ਹੈ, ਸਵੇਰ ਨੂੰ ਉੱਠਦਾ ਹੈ ਤਾਂ ਮਾਂ ਨਹੀਂ ਹੈ, ਤਾਂ ਉਸਦੇ ਅੰਦਰ ਵੀ ਇੱਕ ਸੈਪਰੇਸ਼ਨ ਐਂਗਜ਼ਾਇਟੀ ਡਿਵੈਲਪ ਹੋਣ ਲੱਗਦੀ ਕਿ ਮਦਰ ਕਿੱਥੇ ਚਲੀ ਗਈ, ਔਰ ਉਹ ਫਿਰ ਰਾਤ ਨੂੰ ਵੀ ਪ੍ਰੋਪਰਲੀ ਨਹੀਂ ਸੌਂਦਾ, ਮਾਂ ਨੂੰ ਜੱਫੀ ਪਾ ਕੇ ਮਾਂ ਨੂੰ ਚੰਬੜ ਕੇ ਸੌਂਦਾ ਹੈਗਾ ਵੀ ਇਹ ਕਿਤੇ ਚਲੀ ਨਾ ਜਾਵੇ, ਫਿਰ ਮਿਡਨਾਈਟ ਦੇ ਅੰਦਰ ਉਹ ਡਰ ਡਰ ਕੇ ਉੱਠਦਾ ਹੈਗਾ। ਸੋ ਈਵਨ ਜਿਹੜੇ ਡਰ ਅਸੀਂ ਕਹਿ ਸਕਦੇ ਹਾਂ ਸਕੇਰੀ ਡਰੀਮ ਜਿਹੜੇ ਨੇ ਉਹ ਬੱਚਿਆਂ ਦੀ ਨੀਂਦ ਨੂੰ ਵੀ ਖਰਾਬ ਕਰ ਸਕਦੇ ਨੇ, ਅਤੇ ਜੇ ਬੱਚਾ ਰਾਤ ਨੂੰ ਇਸ ਤਰ੍ਹਾਂ ਡਰ ਡਰ ਕੇ ਉੱਠਦਾ, ਦਿਨੇ ਵੀ ਫਿਰ ਉਹ ਡਰਿਆ ਜਿਹਾ ਘਬਰਾਇਆ ਜਿਹਾ ਐਂਕਸ਼ੀਅਸ ਜਿਹਾ ਰਹਿੰਦਾ ਹੈਗਾ, ਤਾਂ ਫਿਰ ਉੱਥੇ ਵੀ ਬੱਚਿਆਂ ਦੀ ਮਾਨਸਿਕ ਹੈਲਥ ਦੇ ਉੱਤੇ ਅਸਰ ਆਉਂਦਾ ਹੈ। ਸੋ ਸਪੀਕਿੰਗ ਆਫ ਕਿਡਸ, ਐਕਚੁਅਲੀ ਤੁਹਾਡੇ ਕੋਲ ਵੀ ਇਨ ਹੋਮਿਓਪੈਥੀ ਕਪਲਸ ਪੇਸ਼ੈਂਟਸ ਆਉਂਦੇ ਹੈਗੇ ਆ ਜਿਹੜੇ ਜਿਹਨਾਂ ਨੂੰ ਫਰਟੀਲਿਟੀ ਕੰਸਰਨਸ ਹੁੰਦੀਆਂ, ਹਾਂਜੀ ਰਾਈਟ, ਐਂਡ ਤੁਸੀਂ ਵੀ ਇਹਨੂੰ ਕਈ ਵਾਇਦ ਤਰੀਕੇ ਨਾਲ ਟ੍ਰੀਟ ਕਰਦੇ ਹੈਗੇ ਆ। ਸੋ ਵਟ ਅਬਾਊਟ ਇੰਪੈਕਟ ਆਫ ਸਲੀਪ ਔਨ ਹਾਰਮੋਨਸ? As we just discussed ke je raat nu we are not well rested, then obviously every hormonal cycle as asi pehla gal kiti ve insulin spikes hundiyan, usse tarah baki hormones vi jede ne oh disturb hunde ne. Je well rested brain nahi hega ta sada dimag da pituitary gland disturb hunda hega, jehda ki central asi keh sakde ha vi key lock hega for the hormonal chain. ਅਤੇ ਜੇ ਪਿਚੂਟਰੀ ਗਲੈਂਡ ਡਿਸਟਰਬ ਹੋਇਆ ਤਾਂ ਸਾਡਾ ਥਾਇਰੋਇਡ ਡਿਸਟਰਬ ਹੁੰਦਾ ਹੈ, ਥਾਇਰੋਇਡ ਡਿਸਟਰਬ ਹੋਇਆ ਤਾਂ ਡੈਫੀਨੇਟਲੀ ਆਲ ਅਵਰ ਅਦਰ ਐਂਡਰੋਜੈਨਿਕ ਹਾਰਮੋਨ ਜਿਹੜੇ ਨੇ ਉਹ ਡਿਸਟਰਬ ਹੁੰਦੇ ਨੇ, ਜਿਸ ਨਾਲ ਯੈਸ ਬਹੁਤ ਸਾਰੇ ਪੇਸ਼ੈਂਟ ਫਿਰ ਹੋਰ ਫੀਮੇਲ ਜਿਹੜੀਆਂ ਕਿ ਫੀਮੇਲ ਹੈਲਥ ਇਸ਼ੂਜ਼ ਜਿਵੇਂ ਕਿ ਪਾਲੀਸਿਸਟਿਕ ਓਵੇਰੀਅਨ ਸਿੰਡਰੋਮ, ਜਾਂ ਫਿਰ ਉਹਨਾਂ ਦੇ ਅੰਦਰ ਫਾਈਬਰੋਇਡਸ ਦੀ ਡਿਵੈਲਪਮੈਂਟ ਹੋਣਾ, ਜਾਂ ਫਿਰ ਟਿਊਬ ਜਿਹੜੀ ਹੈ ਉਹ ਬਲੌਕ ਹੋ ਜਾਣਾ, ਬਹੁਤ ਸਾਰੇ ਇਸ ਤਰ੍ਹਾਂ ਦੇ ਹੈਲਥ ਇਸ਼ੂਜ਼ ਨਾਲ ਵੀ ਫੀਮੇਲ ਗ੍ਰਸਤ ਹੁੰਦੀਆਂ, ਜਾਂ ਫਿਰ ਫੀਮੇਲ ਕਈ ਵਾਰੀ ਪੇਨਫੁਲ ਕੁਐਸਚਨ ਜਾਂ ਇਹੋ ਜਿਹੀਆਂ ਚੀਜ਼ਾਂ ਨਾਲ ਵੀ ਜਿਹੜਾ ਉਹ ਆਈ ਵੁੱਡ ਸੇ ਸਫਰ ਕਰਦੀਆਂ ਹੈਗੀਆਂ, ਬਿਕੋਜ਼ ਆਫ ਦ ਰੀਜ਼ਨ ਕਿ ਉਹਨਾਂ ਦੇ ਅੰਦਰ ਨੈਚੁਰਲ ਸਿਕਰੀਸ਼ਨਸ ਜਿਹੜੀਆਂ ਬਿਕੋਜ਼ ਆਫ ਦ ਇਰੀਟੇਬਿਲਿਟੀ, ਐਂਗਰ ਜਾਂ ਸਲੀਪਲੈਸਨੈਸ ਕਰਕੇ ਨੈਚੁਰਲ ਬਾਡੀ ਦੇ ਸਿਕਰੀਸ਼ਨਸ ਘਟਣ ਦੇ ਨਾਲ ਉਹ ਚੀਜ਼ਾਂ ਵੀ ਡਿਵੈਲਪ ਹੁੰਦੀਆਂ, ਜਿਸ ਨਾਲ ਕਿ ਯੈਸ ਇਨਫਰਟੀਲਿਟੀ ਵੀ ਹੋ ਸਕਦੀ ਹੈਗੀ ਹੈ, ਭਾਵ ਬੱਚਾ ਕਰਨ ਦੇ ਅੰਦਰ ਵੀ ਫੀਮੇਲਸ ਨੂੰ ਪ੍ਰੋਬਲਮ ਹੋ ਸਕਦੀ ਹੈ। ਰਾਈਟ, ਤੁਸੀਂ ਇਮਿਊਨਿਟੀ ਨੂੰ ਵੀ ਮੈਂਸ਼ਨ ਕੀਤਾ ਸੀਗਾ, ਵੀ ਆਫਕੋਰਸ ਜੇ ਆਪਣੀ ਵਧੀਆ ਨੀਂਦ ਹੋਵੇ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ। ਸੋ ਮਤਲਬ ਵੀ ਜੇ ਤੁਸੀਂ ਬਿਮਾਰ ਹੋ ਗਏ ਜਾਂ ਤੁਹਾਨੂੰ ਇਨਫੈਕਸ਼ਨ ਹੋ ਗਈ ਹੈ, ਈਵਨ ਜੇ ਤੁਹਾਨੂੰ ਕੋਈ ਸੱਟ ਵੱਜੀ ਹੋਈ ਹੈ, ਇੰਜਰੀ ਹੈਗੀ ਹੈ, ਉਹਦੀ ਤੁਹਾਡੀ ਜਿਹੜੀ ਹੀਲਿੰਗ ਹੈਗੀ ਹੈ ਬਿਕੋਜ਼ ਆਫਕੋਰਸ ਸਾਡੀ ਇਮਿਊਨਿਟੀ ਉਸ ਚੀਜ਼ ਨਾਲ ਹੈਲਪ ਕਰਦਾ ਹੈਗਾ, ਇਹ ਜਿਹੜੀ ਇਹਦੀ ਹੀਲਿੰਗ ਫਿਰ ਘੱਟ ਜਾਂਦੀ ਹੈ ਜੇ ਸਾਡੀ ਸਲੀਪ ਨਾ ਵਧੀਆ ਹੋਵੇ। ਸੋ ਅਗੇਨ ਜਿਹਨਾਂ ਨੂੰ ਕ੍ਰੋਨਿਕ ਇਨਫੈਕਸ਼ਨਸ ਰਹਿੰਦੀਆਂ ਹੈਗੀਆਂ, ਚਾਹੇ ਤੁਹਾਨੂੰ ਕਾਫ ਕੋਲਡ ਰਹਿੰਦੀ ਹੈ ਜਾਂ ਤੁਹਾਨੂੰ ਯੂ ਨੋ ਈਵਨ ਅਦਰ ਇਨਫੈਕਸ਼ਨਸ ਜਿਹੜੇ ਲੋਕਾਂ ਨੂੰ ਹੁੰਦੀਆਂ ਲਾਈਕ ਯੂਰੀਨਰੀ ਟ੍ਰੈਕਟ ਇਨਫੈਕਸ਼ਨ, ਕਿਡਨੀ ਇਨਫੈਕਸ਼ਨ, ਜਿਹੜੇ ਆਪਣੇ ਰੈਸਪੀਰੇਟਰੀ ਇਸ਼ੂਜ਼ ਹੈਗੀਆਂ ਆ, ਅਗੇਨ ਈਵਨ ਜਦੋਂ ਆਪਣੇ ਜ਼ਖਮ ਹੁੰਦਾ ਆ, ਰਾਈਟ, ਸੋ ਜ਼ਖਮਾਂ ਦੀ ਵੀ ਜੇ ਤੁਹਾਡੀ ਇਮਿਊਨਿਟੀ ਨਹੀਂ ਠੀਕ ਹੈਗੀ ਉਹ ਵੀ ਛੇਤੀ ਹੀਲ ਨਹੀਂ ਹੁੰਦੇ। ਇਫ ਯੂ ਹੈਡ ਸਰਜਰੀ, ਰਾਈਟ, ਸਰਜਰੀ ਤੋਂ ਬਾਅਦ ਵੀ ਤੁਹਾਡੀ ਜਿਹੜੀ ਹੀਲਿੰਗ ਸਲੋ ਹੁੰਦੀ ਹੈ ਬਿਕੋਜ਼ ਯੂਰ ਨੋਟ ਸਲੀਪਿੰਗ ਵੈਲ, ਰਾਈਟ, ਇੰਜਰੀਜ਼। ਸੋ ਅਗੇਨ ਆਪਣੀ ਜਿਹੜੀ ਇੰਜਰੀਜ਼ ਹੈਗੀਆਂ, ਜੇ ਤੁਸੀਂ ਨਹੀਂ ਵਧੀਆ ਤਰ੍ਹਾਂ ਰੈਸਟ ਕੀਤਾ ਹੈਗਾ ਡਿਊਰਿੰਗ ਦ ਡੇ, ਤੁਹਾਡਾ ਫੋਕਸ ਨਹੀਂ ਠੀਕ ਰਹਿੰਦਾ ਹੈਗਾ, ਇੱਕ ਵੀ ਸਟੈਟਿਸਟਿਕ ਹੈਗਾ ਜਿਹੜੇ ਰੋਡ ਐਕਸੀਡੈਂਟਸ ਹੁਣ ਓਬਵੀਅਸਲੀ ਵੀ ਇਫੈਕਟ ਹੁੰਦੇ ਆ ਜੇ ਤੁਹਾਨੂੰ ਨੀਂਦ ਨਹੀਂ ਵਧੀਆ ਤਰ੍ਹਾਂ ਆਉਂਦੀ ਹੈਗੀ ਹੈ ਬਿਕੋਜ਼ ਤੁਸੀਂ ਅਲਰਟ ਨਹੀਂ ਹੈਗੇ, ਯੂਰ ਨੋਟ ਫੋਕਸ, ਤੁਹਾਡੇ ਰੀਫਲੈਕਸਿਸ ਨਹੀਂ ਉਨਾ ਵਧੀਆ ਚੱਲਦੇ ਹੈਗੇ। ਸੋ ਅਗੇਨ ਉਹ ਵੀ ਐਕਸੀਡੈਂਟਸ ਔਨ ਦ ਰੋਡ ਐਟ ਵਰਕ, ਇਹ ਵੀ ਜਿਹੜੇ ਰਿਸਕਸ ਵੱਧਦੇ ਹੈਗੇ ਅਗੇਨ ਫੋਰ ਇੰਜਰੀਜ਼, ਬਿਕੋਜ਼ ਯੂ ਸਟਾਰਟ ਡੋਜ਼ਿੰਗ ਔਨ ਦ ਰੋਡ ਜਦੋਂ ਹੁਣ ਅੱਜ ਕੱਲ੍ਹ ਸਪੈਸ਼ਲੀ ਜਦੋਂ ਵਿੰਟਰ ਹੈਗੀ ਹੈ, ਗੱਡੀਆਂ ਵਾਰਮ ਹੈਗੀਆਂ, ਜੈਕਟਸ ਪਾ ਕੇ ਅਸੀਂ ਵਾਵਾ ਕੋਜ਼ੀ ਹੁੰਦੇ ਹਾਂ, ਰਾਤ ਨੂੰ ਜੇ ਪ੍ਰੋਪਰ ਨੀਂਦ ਨਹੀਂ ਆਈ ਤਾਂ ਕਿਤੇ ਵੀ ਜੇ ਟ੍ਰੈਫਿਕ ਸਲੋ ਹੋ ਜਾਵੇ ਬਾਏ ਚਾਂਸ, ਤਾਂ ਫਿਰ ਤੁਹਾਨੂੰ ਤੁਹਾਡੀ ਬਾਡੀ ਜਿਹੜੀ ਵਾਰਮ ਹੋਣ ਕਰਕੇ ਜਿਹੜਾ ਤੁਹਾਨੂੰ ਡੋਜ਼ ਕਰਨ ਲੱਗਦੀ ਹੈ, ਜਿਸ ਨਾਲ ਕਿ ਐਕਸੀਡੈਂਟ ਦੇ ਚਾਂਸਿਸ ਵੱਧ ਸਕਦੇ ਨੇ। ਉਸੇ ਤਰ੍ਹਾਂ ਕਈ ਮੈਡੀਕੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਸਾਈਡ ਇਫੈਕਟਸ ਦੇ ਨਾਲ ਵੀ ਸਲੀਪ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਨੇ ਉਹ ਡਿਸਟਰਬ ਹੁੰਦੀ ਹੈ ਉਹਨਾਂ ਦੀ, ਜਿਵੇਂ ਕਿ ਜਸਟਿਨ ਹੋਣੇ ਗੱਲ ਕੀਤੀ ਕਿ ਰਿਕਰੈਂਟ ਚੈਸਟ ਇਨਫੈਕਸ਼ਨਸ, ਕਫ, ਆਪਾਂ ਕਫ ਦੇ ਸਿਰਪ ਐਨ ਇਹ ਸਭ ਜਿਹੜੇ ਲੈਂਦੇ ਹੈਗੇ ਆ, ਉਹਨਾਂ ਦੇ ਨਾਲ ਵੀ ਬਹੁਤ ਵਾਰੀ ਪੇਸ਼ੈਂਟ ਜਿਹੜੇ ਆ ਸਲੀਪਲੈਸਨੈਸ ਜਿਹੜੀ ਆ ਉਹਦੇ ਤੋਂ ਗ੍ਰਸਤ ਹੁੰਦੇ ਨੇ। ਉਹ ਪੇਸ਼ੈਂਟ ਜਿਹੜੇ ਕਿ ਜ਼ਿਆਦਾ ਪੇਨ ਕਿਲਰਸ ਦੀ ਕੰਜਮਪਸ਼ਨ ਕਰਦੇ ਨੇ, ਕਿਉਂਕਿ ਪੇਨ ਕਿਲਰਸ ਵੀ ਜ਼ਿਆਦਾਤਰ ਜਿਹੜੇ ਨੇ ਓਪੀਅਮ ਡੈਰੀਵੇਟਿਵ ਹੁੰਦੇ ਹੈਗੇ ਨੇ। ਸੋ ਓਪੀਅਮ ਦਾ ਯੈਸ ਇਫੈਕਟ ਪੇਨ ਨੂੰ ਮੁਕਾਉਣਾ ਤਾਂ ਹੁੰਦਾ ਹੀ ਹੈ, ਪਰ ਅਲਰਟਨੈਸ ਪੈਦਾ ਕਰਨਾ ਵੀ ਹੈ। ਸੋ ਇਸ ਕਰਕੇ ਟਾਇਨੋਲ ਦੀ ਕੰਜਮਪਸ਼ਨ ਜ਼ਿਆਦਾ ਕਰਨ ਨਾਲ ਬਹੁਤ ਸਾਰੇ ਮਰੀਜ਼ ਰਾਤ ਦੀ ਨੀਂਦ ਉੱਡ ਜਾਣ ਦੀ ਕੰਪਲੇਨ ਵੀ ਕਰਦੇ ਨੇ। ਬਹੁਤ ਸਾਰਾ ਕੁਝ ਹੈਗਾ ਇਸ ਵਿਸ਼ੇ ਬਾਰੇ ਹੋਰ ਗੱਲ ਕਰਨ ਬਾਰੇ, ਬਟ ਕਿਉਂਕਿ ਮੈਨੂੰ ਕੈਮਰੇ ਦਾ ਇਸ਼ਾਰਾ ਹੋ ਗਿਆ, ਆਈ ਗੈਸ ਜਿਹੜੀਆਂ ਅਗਲੀਆਂ ਚੀਜ਼ਾਂ ਵੀ ਆਰ ਗੋਇੰਗ ਟੂ ਡਿਸਕਸ
ਅਸੀਂ ਅਗਲੇ ਸ਼ੋਅ 'ਚ ਗੱਲ ਕਰਾਂਗੇ ਸੋ ਬਿਫੋਰ ਵੀ ਹੈਵ ਟੂ ਰੈਪ ਅਪ ਡੂ ਯੂ ਹੈਵ ਐਨੀਥਿੰਗ ਟੂ ਮੈਂਸ਼ਨ ਜਸਟ ਰਾਈਟ ਸੋ ਅਸੀਂ ਇਹ ਮੈਂਸ਼ਨ ਕੀਤਾ ਹੈ ਕਿ ਵੀ ਜਿਹੜੇ ਸਾਰੇ ਹੈਲਥ ਇਫੈਕਟਸ ਹੈਗੇ ਆ ਇਹ ਨਹੀਂ ਵੀ ਤੁਹਾਨੂੰ ਇੱਕ ਰਾਤ ਨਹੀਂ ਨੀਂਦ ਆਈ ਰਾਈਟ ਵੀ ਤੁਹਾਨੂੰ ਇਹ ਸਾਰਾ ਕੁਝ ਹੋ ਜਾਣਾ ਆ ਸਮਟਾਈਮਸ ਤੁਹਾਨੂੰ ਨਹੀਂ ਇਟਸ ਅ ਕੰਸਿਸਟੈਂਸੀ ਇਨ ਪੈਟਰਨ ਆਫ ਸਲੀਪ ਸੋ ਜੇ ਤੁਹਾਨੂੰ ਕਈ ਰਾਤਾਂ ਹੋ ਗਈਆਂ ਆ ਜਾਂ ਤੁਹਾਨੂੰ ਕੁਛ ਮਹੀਨੇ ਤੋਂ ਤੁਸੀਂ ਇਹ ਇਹਦੇ ਨਾਲ ਅਸੀਂ ਸਫਰ ਕਰ ਰਹੇ ਹਾਂ ਵੀ ਯੂ ਡੋਂਟ ਔਰ ਯੂ ਆਰ ਨਾਟ ਗੈਟਿੰਗ ਇਨਫ ਸਲੀਪ ਇਹ ਲੇਅਰ ਬਾਈ ਲੇਅਰ ਇਹ ਜਿਹੜਾ ਸਾਰਾ ਕੁਛ ਤੁਹਾਡੇ 'ਤੇ ਇਫੈਕਟ ਹੋ ਸਕਦਾ ਆ ਸੋ ਇਟਸ ਇੰਪੋਰਟੈਂਟ ਵੀ ਇਹ ਵੀ ਹੈਗਾ ਆ ਵੀ ਜਦੋਂ ਤੁਸੀਂ ਆਪਣੇ ਡਾਕਟਰ ਕੋਲ ਜਾਂਦੇ ਹੈਗੇ ਹਾਂ ਜਾਂ ਸਾਡੇ ਕੋਲ ਵੀ ਆਉਂਦੇ ਹੈਗੇ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਰਾਈਟ ਐਨਾਲਾਈਜ਼ ਯੋਰ ਸੈਲਫ ਲੁੱਕ ਐਟ ਓਕੇ ਵੀ ਸਲੀਪ ਵੀ ਮੇਰੀ ਕਿਵੇਂ ਹੈਗੀ ਆ ਹਰ ਵਾਈ ਫੀਲ ਮੈਂ ਸਵੇਰ ਨੂੰ ਉੱਠ ਕੇ ਕਿਵੇਂ ਫੀਲ ਕਰਦੀ ਹੈਗੀ ਹਾਂ ਰਾਤ ਨੂੰ ਮੈਂ ਕਿਵੇਂ ਫੀਲ ਕਰਦੀ ਐਂਡ ਆਲਸੋ ਇੱਕ ਇਹ ਵੀ ਹੈਗਾ ਵੀ ਆਵਰਸ ਕਿੰਨੇ ਆਵਰਸ ਚਾਹੀਦੇ ਹੈਗੇ ਫਾਰ ਸਮਬਡੀ ਟੂ ਸਲੀਪ ਰਾਈਟ ਸੋ ਵੀ ਕੈਨ ਬ੍ਰੀਫਲੀ ਸੇ ਦਿਸ ਕਿ ਜੇ ਬਹੁਤ ਅਸੀਂ ਕਾਮਨਲੀ ਸੁਣਦੇ ਹਾਂ ਛੋਟੇ ਬੱਚਿਆਂ ਦਾ ਤਾਂ ਚਲੋ ਸਾਨੂੰ ਪਤਾ ਜ਼ਿਆਦਾ ਲੰਬੇ ਆਵਰਸ ਸੁਣਦੇ ਨੇ ਹੌਲੀ ਹੌਲੀ ਏਜ ਡਿਵੈਲਪ ਹੁੰਦੀ ਹੈ ਤਾਂ ਅਸੀਂ ਇੱਕ 8 ਘੰਟਿਆਂ ਦੀ ਸਲੀਪ 'ਤੇ ਆ ਕੇ ਸੈੱਟ ਹੋ ਜਾਂਦੇ ਹਾਂ ਬਟ ਐਜ਼ ਵੀ ਡਿਸਕਸ ਇਨ ਦ ਸਟਾਰਟਿੰਗ ਦ ਸ਼ੋਅ ਐਜ਼ ਵੈਲ ਸਮ ਪੀਪਲ ਫੀਲ ਐਕਟਿਵ ਐਟ 6 hours ਸਲੀਪ ਐਂਡ ਕਈ ਬੰਦਿਆਂ ਨੂੰ 10 ਘੰਟਿਆਂ 'ਚ ਵੀ ਸੈਟਿਸਫੈਕਸ਼ਨ ਨਹੀਂ ਹੈ ਉਹ ਉੱਥੇ ਹੀ ਹੈ ਕਿ ਉਹਨਾਂ ਦੇ ਹੋਰ ਐਸੋਸੀਏਟਡ ਇਸ਼ੂਜ਼ ਕੀ ਨੇ ਜੇ ਕਿਸੇ ਨੂੰ ਜੁਆਇੰਟ ਪੇਨਸ ਹੈਗੀਆਂ ਜਾਂ ਜਿਸ ਨੂੰ ਸਿਰ ਦਰਦ ਰਹਿੰਦਾ ਹੈਗਾ ਜਿਸ ਨੂੰ ਹਾਈਪਰ ਐਸਿਡਿਟੀ ਰਹਿੰਦੀ ਹੈ ਤੇਜ਼ਾਬੀਅਤ ਰਹਿੰਦੀ ਹੈ ਗੈਸ ਰਹਿੰਦੀ ਹੈ ਫਾਰਾ ਰਹਿੰਦਾ ਉਹ ਸਭ ਚੀਜ਼ਾਂ ਰਾਤ ਨੂੰ ਉਹਨੂੰ ਸੌਣ ਨਹੀਂ ਦਿੰਦੀਆਂ ਭਾਵ ਹਰ ਘੰਟੇ ਬਾਅਦ ਉਹਦੀ ਨੀਂਦ ਖੁੱਲਦੀ ਹੈ ਤੇਜ਼ਾਬ ਕਰਕੇ ਜਾਂ ਹੋਰ ਇਸ਼ੂਜ਼ ਕਰਕੇ ਜਾਂ ਫਿਰ ਹਰ ਘੰਟੇ ਬਾਅਦ ਉਹਦੀ ਸਿਰ ਦੀ ਚੀਜ਼ ਕਰਕੇ ਜਿਹੜੀ ਹੈ ਉਹ ਖੁੱਲ ਜਾਂਦੀ ਹੈ ਜਾਂ ਫਿਰ ਹਰ ਘੰਟੇ ਬਾਅਦ ਪਾਸਾ ਲੈਣ ਨਾਲ ਜੋੜਾਂ ਦੀ ਦਰਦ ਨਾਲ ਨੀਂਦ ਖੁੱਲ ਜਾਂਦੀ ਤਾਂ ਉਹੋ ਜਿਹੇ ਮਰੀਜ਼ਾਂ ਨੂੰ 10 ਘੰਟੇ ਦੀ ਨੀਂਦ ਵੀ ਇਨਫ ਨਹੀਂ ਹੁੰਦੀ ਸੋ ਇਸ ਕਰਕੇ ਇਟਸ ਨੋਟ ਅ ਸੈੱਟ ਫਾਰਮੂਲਾ ਜੀ 6 ਘੰਟੇ ਜਾਂ 10 ਘੰਟੇ 8 ਘੰਟੇ ਸੌਣਾ ਚਾਹੀਦਾ ਉਸ ਨੀਂਦ ਬਾਅਦ ਜਿਸ ਬਾਅਦ ਤੁਸੀਂ ਉੱਠ ਕੇ ਫਰੈਸ਼ ਫੀਲ ਕਰੋ ਉਹ 5 ਘੰਟੇ ਵੀ ਹੋਵੇ ਦੈਟ ਇਜ਼ ਗੁੱਡ ਇਨਫ ਸੋ ਵਿਚ ਮੀਨਸ ਵੈਲ ਰੈਸਟਡ ਸਲੀਪ ਸੋ ਇਸ ਸਲੀਪ ਦੇ ਇਸ਼ੂ ਦੇ ਉੱਤੇ ਇਸ ਨੂੰ ਕਿੱਦਾਂ ਇੰਪਰੋਵਾਈਜ਼ ਕਰਨਾ ਹੈ ਕਿਹੜੇ ਧਿਆਨ ਰੱਖਣੇ ਨੇ ਕੀ ਐਕਸਰਸਾਈਜ਼ ਕਰ ਸਕਦੇ ਹਾਂ ਹੋਰ ਕੀ ਕੁਝ ਕਰ ਸਕਦੇ ਹਾਂ ਅਤੇ ਜੇ ਕੋਈ ਹੋਮਿਓਪੈਥਿਕ ਦਵਾਈਆਂ ਨੇ ਤਾਂ ਕਿਹੜੀਆਂ ਦਵਾਈਆਂ ਇਸ ਚੀਜ਼ 'ਚ ਕੰਮ ਕਰਦੀਆਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਅਗਲੇ ਸ਼ੋਅ 'ਚ ਗੱਲ ਕਰਾਂਗੇ ਬਿਕੋਜ਼ ਵੀ ਡੋਂਟ ਹੈਵ ਇਨਫ ਟਾਈਮ ਟੂਡੇ ਬਟ ਆਸ ਕਰਦੇ ਹਾਂ ਜੋ ਕੁਛ ਵੀ ਅੱਜ ਅਸੀਂ ਡਿਸਕਸ ਕੀਤਾ ਉਹ ਤੁਹਾਨੂੰ ਪਸੰਦ ਆਏਗਾ ਔਰ ਉਸਨੇ ਕੁਝ ਚਾਨਣਾ ਪਾਈ ਹੋਏਗੀ ਕਿ ਵਾਈ ਯੂ ਆਰ ਸਫਰਿੰਗ ਫਰੋਮ ਸਲੀਪ ਇਸ਼ੂ ਜਾਂ ਫਿਰ ਤੁਹਾਡੀਆਂ ਦਰਦਾਂ ਜ਼ਿਆਦਾ ਕਿਉਂ ਹੋ ਰਹੀਆਂ ਸੋ ਆਸ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਕੋਈ ਵੀ ਸਵਾਲ ਹੋਵੇ ਸੁਜੋਕ ਹੋਮਿਓ ਕਲੀਨਿਕ ਦਾ ਸੰਪਰਕ ਕਰ ਸਕਦੇ ਹੋ ਸਕਰੀਨ 'ਤੇ ਆ ਰਹੇ ਨੰਬਰ 'ਤੇ ਔਰ ਸਾਡੀ ਹੌਸਲਾ ਅਫਜ਼ਾਈ ਵੀ ਕਰ ਸਕਦੇ ਹੋ ਬਾਏ ਕਾਲਿੰਗ ਅਸ ਲੈਟਿੰਗ ਅਸ ਨੋ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਰੱਖਣਾ ਹੈ ਥੈਂਕ ਯੂ ਸੋ ਮਚ ਕੀਪ ਵਾਚਿੰਗ ਸੁਖਦਾਸਾ ਬਹੁਤ ਬਹੁਤ ਧੰਨਵਾਦ